ਪਹੁੰਚਾ ਦਿੱਤਾ ਮੌਤ ਦੇ ਘਾਟ ਤੇ। ਮੌਕੇ ਤੇ ਪੁਲਿਸ ਨੇ ਕੀਤਾ ਲਾਸ਼ ਨੂੰ ਕਬਜ਼ੇ ਦੇ ਵਿੱਚ, ਜਾਂਚ ਕਰ ਦਿੱਤੀ ਸ਼ੁਰੂ। ਤੁਹਾਨੂੰ ਦੱਸ ਦਈਏ ਕਿ ਅੰਮ੍ਰਿਤਸਰ ਦੇ ਬਾਬਾ ਬਕਾਲਾ ਸਾਹਿਬ ਖੇਤਰ ਅਧੀਨ ਪੈਂਦੇ ਪਿੰਡ ਬਟਾਲਾ ਵਿੱਚ ਪਤੀ ਪਤਨੀ ਦੇ ਝਗੜੇ ਕਾਰਨ ਪਤੀ ਵੱਲੋਂ ਪਤਨੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ। ਜਾਣਕਾਰੀ ਮੁਤਾਬਕ ਦੋਸ਼ੀ ਪਤੀ ਨੇ ਆਪਣੀ ਪਤਨੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ, ਜਿਸ ਤੋਂ ਬਾਅਦ ਉਸਨੇ ਆਪਣੀ ਪਤਨੀ ਦੇ ਭਰਾ ਨੂੰ ਫੋਨ ਕਰਕੇ ਘਟਨਾ ਦੀ ਜਾਣਕਾਰੀ ਦਿੱਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਕਿ ਅੱਜ ਉਸਦੀ ਛੋਟੀ ਭੈਣ ਦਾ ਉਸੇ ਦੇ ਜੀਜੇ ਵੱਲੋਂ ਕਤਲ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਉਸਨੇ ਉਸਨੂੰ ਫੋਨ ਕਰਕੇ ਕਿਹਾ ਕਿ ਮੈਂ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਅਤੇ ਹੁਣ ਮੈਂ ਤੈਨੂੰ ਵੀ ਮਾਰਨਾ ਹੈ। ਉਹਨੇ ਦੱਸਿਆ ਕਿ ਜੀਜਾ ਦੇ ਨੇੜੇ ਰਹਿਣ ਵਾਲੇ ਇੱਕ ਔਰਤ ਨਾਲ ਨਜਾਇਜ਼ ਸੰਬੰਧ ਸਨ, ਜਿਸ ਕਾਰਨ ਉਸਦੀ ਭੈਣ ਦਾ ਕਤਲ ਕਰ ਦਿੱਤਾ ਗਿਆ। ਮੇਰੀ ਛੋਟੀ ਭੈਣ ਹੈ ਸਰ ਰਾਣੀ, ਪ੍ਰਾਹੁਣੇ ਨੇ ਆਪੇ ਮਾਰ ਕੇ ਤੇ ਆਪੇ ਫੋਨ ਕਰਦਾ ਉਹਨੂੰ ਘਰ, ਮੈਂ ਮਾਰਤੀ ਜੇ ਹੁਣ ਮੈਂ ਤੁਹਾਨੂੰ ਮਾਰਨ ਲੱਗਾ ਜੇ ਪਿੰਡ ਬਾਜੋ ਮੇਰੇ ਕੋਲ। ਸਰ ਬੜੀ ਦੇਰ ਤੋਂ ਲੜਾਈ ਚੱਲਦੀ ਇਹਨਾਂ ਦੀ, ਕੁੱਟਮਾਰ ਬੜੀ ਕਰਦਾ ਸੀਗਾ। ਇੱਕ ਜਨਾਨੀ ਆ ਮੁਹੱਲੇ ਦੇ ਵਿੱਚ ਹੀ, ਉਹਦੇ ਨਾਲ ਸਰ ਉਹਦੀ ਹੈਗੀ ਗੱਲਬਾਤ ਹੈਗੀ, ਉਹਦੇ ਪਿੱਛੇ ਲੱਗ ਕੇ ਇਹਨੇ ਮਾਰਤਾ ਉਹਨੂੰ। ਸਰ ਸਭ ਤੋਂ ਛੋਟੀ ਐਡੀ ਭੈਣ ਮਾਰਤਾ ਜੀ ਦੀ, ਛੋਟੇ ਛੋਟੇ ਬੱਚੇ ਵਿਚਾਰੀ ਦੇ, ਉਹ ਬੱਚੇ ਤੁਹਾਨੂੰ ਸਰ ਫੋਨ ਕੀਤਾ ਇਹਨੇ ਜੀ। ਸਰ ਇਨਸਾਫ ਇਹੀ ਚਾਹੁੰਦੇ ਕਿ ਜਿਹੜੀ ਵਰਗੀ ਸਰ ਉਹਦੇ ਵਰਗੇ ਕੀ ਤੁਸੀਂ ਤੁਹਾਨੂੰ ਇਨਸਾਫ ਮਿਲਣਾ ਚਾਹੀਦਾ ਸਰ। ਅੱਜ ਬਾਅਦ ਦੁਪਹਿਰ ਇਤਲਾਹ ਮਿਲੀ ਸੀਗੀ ਕਿ ਇੱਕ ਮੀਆਂ ਬੀਬੀ ਦਾ ਝਗੜਾ ਹੋ ਗਿਆ ਔਰ ਉਹਦੀ ਲੇਡੀ 'ਤੇ ਜ਼ਿਆਦਾ ਸੱਟ ਲੱਗ ਗਈ ਹੈ। ਮੌਕੇ 'ਤੇ ਚੌਂਕੀ ਇੰਚਾਰਜ ਬਤਾਲਾ ਮੌਕੇ 'ਤੇ ਗਏ, ਜਦ ਵੇਖਿਆ ਕਿ ਲੇਡੀ ਦੀ ਜਿਹੜੀ ਆ ਡੈਥ ਹੋ ਚੁੱਕੀ ਆ। ਇਸ ਵਿਅਕਤੀ ਦੇ ਉੱਤੇ ਆਲਰੇਡੀ ਮੁਕੱਦਮੇ 2 ਦਰਜ ਸੀ, ਥੋੜ੍ਹੇ ਦਿਨ ਪਹਿਲਾਂ ਜੇਲ੍ਹ ਤੋਂ ਆਇਆ ਸੀ। ਇਹ ਆਪਣੀ ਵਾਈਫ ਨੂੰ ਇਹਨੇ ਕੁੱਟਮਾਰ ਕੀਤੀ ਅਤੇ ਉਹਨੂੰ ਧੱਕਾ ਵਗੈਰਾ ਦੇ ਦਿੱਤਾ, ਜਿਹਦੇ ਨਾਲ ਉਹਦੇ ਜ਼ਿਆਦਾ ਸੱਟ ਲੱਗ ਗਈ ਔਰ ਉਹਦੀ ਡੈਥ ਹੋ ਗਈ ਆ। ਦੋਸ਼ੀ ਇਸ ਵੇਲੇ ਫਰਾਰ ਆ ਅਤੇ ਛੇਤੀ ਉਹਨੂੰ ਕਾਬੂ ਕਰ ਲਿਆ ਜਾਏਗਾ। ਅਜੇ ਕੁਛ ਨਹੀਂ ਪਤਾ, ਇਹਦਾ ਇਨਵੈਸਟੀਗੇਸ਼ਨ ਚੱਲ ਰਹੀ ਆ, ਜਿੱਦਾਂ ਜਿੱਦਾਂ ਫੈਕਟ ਸਾਹਮਣੇ ਆਉਣਗੇ ਇਨਵੈਸਟੀਗੇਸ਼ਨ ਕੰਪਲੀਟ ਕੀਤੀ ਜਾਏਗੀ।